ਮੈਂ ਸਵਾਲ ਕੀਤਾ ਬਾਬਾ ਜਰਨੈਲ ਸਿੰਘ ਨੂੰ, ਬਾਬਾ ਜੀ ਫੌਜਾਂ ਦੇ ਕੋਲ ਟੈਂਕ ਬੜੇ ਨੇ, ਤੋਪਾਂ ਬੜੀਆਂ ਨੇ, ਹੈਲੀਕਾਪਟਰ ਬੜੇ ਨੇ, ਫੌਜਾਂ ਬੜੀਆਂ ਨੇ, ਤੇ ਤੁਸੀਂ ਕਿਹਦੇ ਆਸਰੇ ਜੰਗ ਲੜਨੀ ਹੈ? ਤੇ ਬਾਬਾ ਜਰਨੈਲ ਸਿੰਘ ਨੇ ਮੁਸਕਰਾਉਂਦਿਆਂ ਹੋਇਆਂ ਜਵਾਬ ਦਿੱਤਾ, ਕਹਿੰਦੇ ਇਹਨਾਂ ਭਾਰਤ ਵਰਸ਼ ਦੀਆਂ ਫੌਜਾਂ ਨੂੰ ਤੇਗ ਹੈ ਟੈਂਕਾਂ ਦੀ, ਇਹਨਾਂ ਨੂੰ ਆਸਰਾ ਹੈ ਲੱਖਾਂ ਫੌਜਾਂ ਤੇ ਹਥਿਆਰਾਂ ਦਾ, ਤੇ ਮੈਨੂੰ ਤੇਗ ਹੈ ਗੁਰੂ ਰਾਮਦਾਸ ਤੇ ਗੁਰੂ ਗੋਬਿੰਦ ਸਿੰਘ ਦੀ, ਤੇ ਜਿਹਦੇ ਵੱਲ ਗੁਰੂ ਗੋਬਿੰਦ ਸਿੰਘ ਹੋ ਜਾਵੇ, ਤੁਸੀਂ ਜ਼ਫਰਨਾਮਾ ਨਹੀਂ ਪੜਿਆ ਕਿ ਊਰਾ ਗਰੂਰਸਤ ਵਾ ਮੁਲਕ ਮਾਲ, ਕਿ ਊਰਾ ਗਰੂਰਸਤ ਵਾ ਮੁਲਕ ਮਾਲ ਵਾ ਮਾਰਾ ਪਨਾਸਤ ਯਸ ਦਾ ਅਕਾਲ। ਜਿਹਦੇ ਵੱਲ ਗੁਰੂ ਗੋਬਿੰਦ ਸਿੰਘ ਹੋ ਜਾਵੇ, ਅਕਾਲ ਹੋ ਜਾਵੇ, ਉਹਨੂੰ ਲੱਖਾਂ ਫੌਜਾਂ ਦਾ ਡਰ ਨਹੀਂ ਰਹਿੰਦਾ। ਇਹਨਾਂ ਨੂੰ ਟੇਕ ਹੋਵੇਗੀ ਟੈਂਕਾਂ ਦੀ। ਵੇਖੋ ਇਹਨਾਂ ਦੇ ਟੈਂਕ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਨਾਲ ਕਿੱਦਾਂ ਜਰਨੈਲ ਸਿੰਘ ਉਡਾਵੇਗਾ ਅੱਜ।